ਤੇਰਾ ਕਿਸੇ ਵੀ ਸਾਥ ਨਿਭਾਉਣਾ ਨਹੀਂ, ਤੂੰ ਠੱਗੀਆਂ ਬਾਹਰ ਜੀਣਾ ਲਈ ਤੈਨੂੰ ਕੋਲੇ ਖੜੇ ਛਡਾਉਣਾ ਨਹੀਂ, ਜਦ ਬੈਲ ਮਾਰਨੀ ਹੋਣੀ ਨੇ ਦੱਸ ਕਿਹੜੀ ਕੋਠੜੀ ਲੁਕ ਜਾਏਗਾ, ਕੀ ਮੋਨਿਆਂ ਦਾ ਤੇਰੀਆਂ ਇੱਕ ਠੋਕਰ ਵੱਜੀ ਫੁੱਟ ਜਾਏਗਾ, ਤੂੰ ਇੰਨੀ ਵਧੀਆ ਚੀਜ਼ ਨਹੀਂ, ਹੋ ਭਵ ਸਾਗਰ ਦੇ ਵਿੱਚ ਡੁੱਬ ਜਾਏਗਾ, ਤੇਰਾ ਇੰਨਾ ਲੰਮਾ ਗੋਤਾ ਨਹੀਂ, ਆ ਬਾਗਾਂ ਦੇ ਵਿੱਚ ਸਦਾ ਬੋਲਦਾ ਬੰਦਿਆ ਰਹਿਣਾ ਤੋਤਾ ਨਹੀਂ, ਆਖਰ ਨੂੰ ਚੁੰਝ ਜਵਾਬ ਦਊ ਦੱਸ ਕਿੰਨੀਆਂ ਕਯੰਬੀਆਂ ਟੁੱਕ ਜਾਏਗਾ, ਕੀ ਮੁਨਿਆਦਾ ਤੇਰੀਆਂ ਇੱਕ ਠੋਕਰ ਵੱਜੀ ਫੁੱਟ ਜਾਏਗਾ, ਤੂੰ ਇੰਨੀ ਵਧੀਆ ਚੀਜ਼ ਨਹੀਂ, ਹੋ ਤੂੰ ਕਿਹੜੇ ਬਾਗ ਦੀ ਮੂਲੀ ਹੈ, ਇੱਥੇ ਸ਼ਾਸ਼ਕ ਅੰਦਰ ਖੜੇ ਨਹੀਂ, ਹੋਣੀ ਦੇ ਅੱਗੇ ਹਾਰ ਗਏ ਇੱਥੇ ਅਰਜਨ ਵਰਗੇ ਅੜੇ ਨਹੀਂ, ਕੌਰੂ ਵੀ ਖਾਲੀ ਹੱਥ ਗਿਆ ਕੀ ਵੱਧ ਉਸ ਤੋਂ ਲੁੱਟ ਜਾਏਗਾ, ਕੀ ਮੁੰਨਿਆ ਦਾ ਤੇਰੀਆਂ ਇੱਕ ਠੋਕਰ ਵੱਜੀ ਫੁੱਟ ਜਾਏਗਾ, ਤੂੰ ਇੰਨੀ ਵਧੀਆ ਚੀਜ਼ ਨਹੀਂ, ਹੋ ਇਹਨਾਂ ਤੋਂ ਵੱਡਾ ਤੀਰਥ ਨਹੀਂ, ਮਾਂ ਪਿਓ ਦੀ ਸੇਵਾ ਕਰਿਆ ਕਰ, ਇਹਨਾਂ ਤੋਂ ਵੱਡਾ ਤੀਰਥ ਨਹੀਂ, ਮਾਂ ਪਿਓ ਦੀ ਸੇਵਾ ਕਰਿਆ ਕਰ, ਤੈਨੂੰ ਜੱਗ ਦਿਖਾਇਆ ਜਿਨ੍ਹਾਂ ਨੇ, ਸਿਰ ਪੈਰਾਂ ਉੱਤੇ ਧਰਿਆ ਕਰ, ਸਿੱਧਾ ਜਾਵੇਗਾ ਨਰਕਾਂ ਨੂੰ ਜੇ ਇਸ ਮੋੜ ਤੋਂ ਉੱਕ ਜਾਏਗਾ, ਕੀ ਮੁਨਿਆਦਾ ਤੇਰੀਆਂ ਇੱਕ ਠੋਕਰ ਵੱਜੀ ਫੁੱਟ ਜਾਏਗਾ, ਤੂੰ ਇੰਨੀ ਵਧੀਆ ਚੀਜ਼ ਨਹੀਂ, ਹੋ ਕੁਝ ਹਿੱਸਾ ਬਾਕੀ ਜ਼ਿੰਦਗੀ ਦਾ ਸਤਿਗੁਰ ਦੇ ਚਰਨੀ ਲਾ ਲੈ, ਤੂੰ ਕੀ ਵਿਗੜਿਆ ਡੁੱਲਿਆ ਵੇਰਾਂ ਦਾ ਚੱਕ ਝੋਲੀ ਦੇ ਵਿੱਚ ਪਾ ਲੈ, ਤੂੰ ਫਿਰ ਕੀਮਤ ਪੈ ਜੂ ਹੀਰੇ ਦੀ, ਹੀਰੇ ਦੀ ਕੀਮਤ ਪੈ ਜੂ ਹੀਰੇ ਦੀ, ਜਦ ਦਰ ਪੂਰੇ ਦੇ ਚੁੱਕ ਜਾਏਗਾ, ਕੀ ਮੁੰਨਿਆਂ ਦਾ ਤੇਰੀਆਂ ਇੱਕ ਠੋਕਰ ਵੱਜੀ ਫੁੱਟ ਜਾਏਗਾ, ਤੂੰ ਇੰਨੀ ਵਧੀਆ ਚੀਜ਼ ਨਹੀਂ, ਹੋ ਚੱਠਿਆ ਬਿਨ ਕਰਮ ਕਮਾਇਆ ਤੋਂ ਉਹਦੇ ਦਰ ਨੀਵਾਂ ਹੋਣਾ ਪਊ, ਜੇ ਸ਼ਮਲੇ ਵਾਲਿਆ ਨਾ ਮੰਨੀ ਹੱਥ ਮਾਰ ਮੱਥੇ ਤੇ ਰੋਣਾ ਪਊ, ਜੇ ਸ਼ਮਲੇ ਵਾਲਿਆ ਨਾ ਮੰਨੀ ਫਿਰ ਅੰਤ ਸਮੇਂ ਪਛਤਾਉਣਾ ਪਊ, ਤੂੰ ਵੀ ਮੌਸਮੀ ਮੇਵਿਆ ਆਈ ਪੱਤ ਝੜ ਦੇ ਵਿੱਚ ਸੁੱਕ ਜਾਏਗਾ, ਕੀ ਮੁੰਨਿਆਂ ਦਾ ਤੇਰੀਆਂ ਇੱਕ ਠੋਕਰ ਵੱਜੀ ਫੁੱਟ ਜਾਏਗਾ, ਤੂੰ ਇੰਨੀ ਵਧੀਆ ਚੀਜ਼ ਨਹੀਂ, ਹੋ
ਲਓ ਵੀ ਮਿੱਤਰੋ ਸਾਰੇ ਜਾਣੇ ਦੱਸਿਓ ਕਿਵੇਂ ਲੱਗੀ ਗੱਲਬਾਤ, ਕਿਉਂਕਿ ਸ਼ਮਲਾ ਸਾਹਿਬ ਨੇ ਲਿਖਿਆ ਬਹੁਤ ਸੋਹਣੀਆਂ ਗੱਲਾਂ ਲਿਖੀਆਂ, ਸੱਚ ਹੈ, ਬਿਲਕੁਲ ਸੱਚ ਹੈ ਜੀ, ਬਿਲਕੁਲ ਸੱਚ ਹੈ। ਇਹ ਪਾਣੀ ਦਾ ਬੁਲਬ ਲੈ ਜ਼ਿੰਦਗੀ, ਕੋਈ ਪਤਾ ਨਹੀਂ ਕਦੋਂ ਐਂ ਭੜਾਕਾ ਜਿਹਾ ਪੈ ਜੇ, ਇੱਕ ਮਾੜੀ ਜਿਹੀ ਠੋਕਰ ਬਸ ਗੱਲ ਖਤਮ, ਕੱਚੇ ਘੜੇ ਵਾਲੀ ਗੱਲ ਹੈ। ਤੇ ਭਰਾਵੋ ਜ਼ਿੰਦਗੀ ਨੂੰ ਜਿਉ, ਆਨੰਦ ਲਓ ਤੇ ਜ਼ਿੰਦਗੀ ਜਿੰਦਾਬਾਦ। ਹੁਣ ਠੀਕ ਹੋਇਆ।